ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ 'ਚ ਟਿਕਟੌਕ ਬਣਾਉਣ ਵਾਲੇ ਨੌਜਵਾਨਾਂ ਨੂੰ ਠੱਲ ਪਾਉਣ ਲਈ ਬੋਰਡ ਲਗਾਏ ਗਏ ਨੇ, ਜਿਨ੍ਹਾਂ 'ਤੇ ਸਾਫ਼ ਸ਼ਬਦਾਂ 'ਚ ਟਿਕਟੌਕ ਬਣਾਉਣ ਦੀ ਮਨਾਹੀ ਕੀਤੀ ਗਈ ਹੈ। SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬੋਰਡ ਲਾਉਣ ਦੇ ਨਾਲ ਨਾਲ ਸੇਵਾਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ। ਪਿਛਲੇ ਦਿਨਾਂ ਵਿੱਚ ਟਿਕਟੌਕ ਦੀ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਆਉਣ ਨੇ, ਪਹਿਲਾਂ ਵੀ ਕਈ ਦਫ਼ਾ ਆਈਆਂ, ਅਸੀਂ ਉਹਦੇ ਸੰਬੰਧੀ ਕੇਸ ਵੀ ਦਰਜ ਕਰਾਏ, ਕਈਆਂ ਨੇ ਬਾਅਦ 'ਚ ਮਾਫ਼ੀ ਵੀ ਇਸ ਗੱਲ ਦੀ ਮੰਗੀ, ਲੇਕਿਨ ਉਹ ਫਿਰ ਦੁਬਾਰਾ ਇਹ ਆਈ ਹੈ। ਤੋ ਅਸੀਂ ਜਿੱਥੇ ਇਸ ਨੂੰ ਬੰਦ ਕਰਨ ਵਾਸਤੇ ਆਪਣੇ ਸੇਵਾਦਾਰਾਂ ਨੂੰ ਵੀ ਬਹੁਤ ਸਾਵਧਾਨ ਹੋ ਕੇ ਰਹਿਣ ਦੀ, ਪੂਰੀ ਨਿਗਰਾਨੀ ਰੱਖਣ ਦੀ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਨੇ। ਉੱਥੇ ਸਾਰੇ ਥਾਂ ਦੇ ਉੱਤੇ ਅਸੀਂ ਵੱਡੇ ਵੱਡੇ ਬੋਰਡ ਵੀ ਬਾਹਰ ਲਾ ਦਿੱਤੇ ਨੇ, ਕਿਉਂਕਿ ਟਿਕਟੌਕ ਕਰਨ ਦੀ ਸਾਰਿਆਂ ਨੂੰ ਮਨਾਹੀ ਕੀਤੀ ਗਈ ਹੈ। ਇਸ ਕਰਕੇ ਸੀ ਕਿ ਕਿਉਂਕਿ ਇੱਥੇ ਆ ਕੇ ਨੂੰ ਗਲਤ ਵਰਤੋਂ ਕਰਦੇ ਸੀ ਕਈ ਵਾਰੀ, ਜਿਵੇਂ ਟਿਕਟੌਕ ਹੈ, ਔਰ ਇਸ ਕਰਕੇ ਸਾਰਾ ਸੇਵਾਦਾਰਾਂ ਨੂੰ ਸਾਰੀਆਂ ਗੱਲਾਂ ਸਮਝਾਈਆਂ ਨੇ। ਗੁਰੂ ਮਰਿਆਦਾ 'ਤੇ ਰਹਿ ਕੇ ਹੀ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਮੈਂ ਸਾਰੀ ਸੰਗਤ ਨੂੰ ਵੀ, ਖਾਸ ਤੌਰ 'ਤੇ ਨੌਜਵਾਨ ਵੀਰਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਗੁਰੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਹੁਤ ਹੀ ਧਾਰਮਿਕ ਸਥਾਨ ਹੈ, ਆਸਥਾ ਹੈ ਸਾਰੇ ਸਿੱਖ ਜਗਤ ਦੀ, ਸਾਰੇ ਨਾਨਕ ਨਾਮ ਵਾਲੇ ਵੀ ਜੁੜਿਆ ਹੋਇਆ। ਸੋ ਅਜਿਹੀ ਇੱਥੇ ਕਾਰਵਾਈ ਨਾ ਕੀਤਾ ਜਾਵੇ ਜਿਹਦੇ ਨਾਲ ਸਾਰੇ ਸਿੱਖ ਸੰਗਤ ਦੇ ਮਨਾਂ ਵਿੱਚ ਠੇਸ ਪਹੁੰਚੇ। ਸਾਰੇ ਅਸੀਂ ਪੋਸਟਰ ਸਾਰੇ ਪਾਸੇ ਲਾਏ ਨੇ, ਤਕਰੀਬਨ ਹਰ ਥਾਂ ਦੇ ਉੱਤੇ ਪੋਸਟਰ ਲਾ ਦਿੱਤੇ ਨੇ, ਤਾਂ ਕਿ ਇੱਥੇ ਟਿਕਟੌਕ ਜਿਹੜੀ ਕਰਨੀ ਬਹੁਤ ਮਨਾਂ ਹੈ। ਸ਼੍ਰੀ ਦਰਬਾਰ ਸਾਹਿਬ 'ਚ ਟਿਕਟੌਕ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ SGPC ਵੱਲੋਂ ਚੇਤਾਵਨੀ ਭਰੇ ਬੋਰਡ ਲਗਾਏ ਗਏ ਨੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਟਿਕਟੌਕ ਬਣਾਉਣ ਵਾਲਿਆਂ 'ਤੇ ਰੋਕ ਲਗਾਉਣ ਲਈ ਭਵਿੱਖ 'ਚ ਸ਼੍ਰੀ ਦਰਬਾਰ ਸਾਹਿਬ ਵਿਖੇ ਮੋਬਾਈਲ ਫੋਨਾਂ 'ਤੇ ਬੈਨ ਲਗਾਉਣ ਦੀ ਗੱਲ ਵੀ ਕਹੀ ਗਈ ਸੀ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।